ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸੁਨੀਲ ਸ਼ੋਰਟਸ 'ਤੇ। ਦਿਲਜੀਤ ਦੋਸਾਂਝ ਆਪਣੀ ਮੂਵੀ ਜੋੜੀ ਨੂੰ ਲੈ ਕੇ ਬਹੁਤ ਹੀ ਐਕਟਿਵ ਦਿਖਾਈ ਦੇ ਰਿਹਾ ਹੈ, ਆਪਣੇ ਇੰਸਟਾਗ੍ਰਾਮ ਦੇ ਉੱਪਰ ਸਟੋਰੀਆਂ ਵੀ ਸ਼ੇਅਰ ਕਰ ਰਿਹਾ ਹੈ। ਨਿਮਰਤ ਖਹਿਰਾ ਦੇ ਨਾਲ ਮੂਵੀ ਆ ਰਹੀ ਹੈ, 5 ਮਈ ਨੂੰ ਰਿਲੀਜ਼ ਹੋਵੇਗੀ ਇਹ ਥੀਏਟਰ ਦੇ ਵਿੱਚ, ਜ਼ਰੂਰ ਦੇਖਿਓ। ਅਤੇ ਦੂਜੀ ਅਪਡੇਟ ਵੀ ਤੁਹਾਨੂੰ ਗੱਲ ਕਰ ਲਈਏ ਕਿ ਮਰਡਰ ਮਿਸਟਰੀ 2 ਇੱਕ ਹਾਲੀਵੁੱਡ ਮੂਵੀ ਹੈ ਜਿਸ ਦੇ ਵਿੱਚ ਕਿ ਕਰਨ ਔਜਲਾ ਦਾ ਕਲਿੱਕ ਡੈਡ ਬੀਂਗ ਕਿਕਿੰਗ ਇੱਟ ਚਿਆ ਮਕਾਨਾ ਵਾਲੀ ਯਾਰ ਜੱਟ ਦੇ ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ ਪਲੇ ਕੀਤਾ ਗਿਆ ਐਜ਼ ਆ ਰਿੰਗਟੋਨ ਮੇਨ ਹੀਰੋ ਦੁਆਰਾ। ਮੇਨ ਹੀਰੋ ਨੇ ਆਪਣੇ ਫੋਨ ਦੇ ਉੱਪਰ ਕਰਨ ਔਜਲਾ ਦੇ ਇਸ ਗਾਣੇ ਦੀ ਰਿੰਗਟੋਨ ਲਗਾਈ ਹੋਈ ਹੈ ਅਤੇ ਉਸ ਦੇ ਪਿੱਛੇ ਜੋ ਐਕਟਰਸ ਹੁੰਦੀ ਹੈ ਉਹ ਪੁੱਛਦੀ ਹੈ ਵੀ ਹੈ ਆ ਫੋਨ ਵੱਜ ਰਿਹਾ, ਉਹ ਕਹਿੰਦੀ ਹਾਂ ਮੇਰਾ ਇਹ ਰਿੰਗਟੋਨ ਆ। I know this is what we pictured when we got into this. What the hell is that? It's my Yo, Raja, namaste. What's up, my brother? ਤੀਜੀ ਅਪਡੇਟ ਵਿੱਚ ਗੱਲ ਕਰ ਲਈਏ ਕਿ ਰਾਕਾ ਜਿਸ ਦੇ ਕਿ 3 ਗਾਣੇ ਹੁਣੀ ਜਨਵਰੀ ਤੋਂ ਬਾਅਦ ਰਿਲੀਜ਼ ਹੋਏ, ਅਮਲੀ ਐਂਥਮ ਬੋਲੀ ਜਾਂਦਾ ਸੀ ਅਤੇ ਕੋਬਰਾ ਡਰਾਈਵਰ ਜੋ ਕਿ ਤਿੰਨੋਂ ਹੀ ਹਿੱਟ ਹੋਏ। ਹਾਲਾਂਕਿ ਨਸ਼ੇ ਦੀ ਗੱਲ ਤਿੰਨਾਂ 'ਚ ਹੀ ਕੀਤੀ ਗਈ ਹੈ ਜਿਸ ਦੇ ਕਾਰਨ ਬਹੁਤ ਸਾਰੇ ਲੋਕ ਨਾਕੇ ਦੇ ਉੱਪਰ ਨਿਰਾਸ਼ ਹਨ, ਉਸ ਤੋਂ ਦੁਖੀ ਹਨ, ਜਾਂ ਕਹਿ ਲਓ ਵੀ ਉਸ ਦੇ ਹੇਟਰ ਬਣ ਚੁੱਕੇ ਨੇ ਇੱਕ ਤਰੀਕੇ ਦੇ ਨਾਲ। ਅਤੇ ਉਹਨਾਂ ਲੋਕਾਂ ਨੂੰ ਜਵਾਬ ਰਾਕਾ ਅਕਸਰ ਦਿੰਦਾ ਰਹਿੰਦਾ ਹੈ ਅਤੇ ਅੱਜ ਉਸਨੇ ਇੱਕ ਪੂਰੀ ਸਟੋਰੀ ਅਪਡੇਟ ਕਰ ਦਿੱਤੀ ਜਿਸ ਵਿੱਚ ਉਸਨੇ ਚੰਗੀ ਤਰ੍ਹਾਂ ਪ੍ਰੋਪਰ ਇੱਕ ਜਵਾਬ ਦਿੱਤਾ, ਆਪਣਾ ਪੱਖ ਰੱਖਿਆ ਕਿ ਮੈਂ ਇੱਦਾਂ ਦੇ ਗਾਣੇ ਕਿਉਂ ਕਰਦਾ ਅਤੇ ਆਪਾਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ ਸਟੋਰੀ। ਰਾਕਾ ਲਿਖਦਾ ਕਿ ਵੀਰੋ, ਜਿਹੜੇ ਬੰਦੇ ਮੇਰੀ ਪ੍ਰੋਫਾਈਲ 'ਤੇ ਜਾਂ ਮੇਰੇ ਚੈਨਲ 'ਤੇ ਆ ਕੇ ਮੈਨੂੰ ਗਿਆਨ ਦਿੰਦੇ ਆ, ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਆਪਦੇ ਕੋਲੋਂ ਪੈਸੇ ਲਾਉਂਦਾ, ਆਪਦਾ ਲਿਖਦਾ, ਗਾਉਂਦਾ, ਮਿਊਜ਼ਿਕ ਕਰਦਾ ਅਤੇ ਰਿਲੀਜ਼ ਵੀ ਆਪਦੇ ਚੈਨਲ 'ਤੇ ਕਰਦਾ ਅਤੇ ਪੈਸੇ ਵੀ ਆਪ ਹੀ ਕਮਾਉਂਦਾ। ਮੇਰੇ ਕਿਸੇ ਦੂਜੇ ਤੀਜੇ ਬੰਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਮੈਨੂੰ 1.5 ਲੱਖ ਬੰਦਾ ਸਬਸਕ੍ਰਾਈਬ ਕਰਦਾ, ਮੈਂ ਸਿਰਫ ਉਹਨਾਂ ਲਈ ਗਾਣਾ ਬਣਾਉਂਦਾ, ਇਸ ਤੋਂ ਇਲਾਵਾ ਮੈਂ ਹੋਰ ਕਿਸੇ ਬੰਦੇ ਲਈ ਗਾਣਾ ਨਹੀਂ ਬਣਾਉਂਦਾ। ਸੋ ਇਸ ਕਰਕੇ ਹੋਰ ਕੋਈ ਵੀ ਬੰਦਾ ਮੇਰੇ ਚੈਨਲ ਜਾਂ ਮੇਰੀ ਪ੍ਰੋਫਾਈਲ 'ਤੇ ਆ ਕੇ ਮੈਨੂੰ ਸ਼ੌਂਕ ਆ ਪੁੱਠੇ ਸਿੱਧੇ ਵਾਲ ਕਟਾਉਣ ਦਾ, ਮੈਂ ਕਟਾਊਂਗਾ, ਫੁਕਰੀਆਂ ਮਾਰਨ ਨਾਲੋਂ, ਮੈਂ ਕਰਨ ਨਾਲੋਂ, ਗੱਡੀਆਂ ਕਾਰਾਂ ਦਿਖਾਉਣ ਨਾਲੋਂ, ਸ਼ੋਅ ਆਫ ਕਰਨ ਨਾਲੋਂ, ਮੈਨੂੰ ਮੇਰੇ ਨਸ਼ਿਆਂ ਵਾਲੇ ਗਾਣੇ ਫਿਰ ਵੀ ਸਹੀ ਲੱਗਦੇ ਆ, ਮੈਂ ਤਾਂ ਬਸ ਆਹੀ ਕੁਛ ਕਰੂੰਗਾ, ਜਦੋਂ ਕਿਤੇ ਸੁਣਨੇ ਬੰਦ ਕਰਤੇ ਲੋਕਾਂ ਨੇ ਉਦੋਂ ਕਿਤੇ ਬਾਹਰ ਅੰਦਰ ਜਾ ਕੇ ਹੋਰ ਕੰਮ ਕਰ ਲਊਂ। ਮੈਂ ਕਲਾਕਾਰੀ ਨੂੰ ਪ੍ਰਾਇੋਰਟੀ ਨਹੀਂ ਦਿੰਦਾ, ਮੈਨੂੰ ਤਾਂ ਪਤਾ ਵੀ ਨਹੀਂ ਲੱਗਾ ਗਾਣੇ ਚੱਲ ਚੁੱਲ ਕਿਵੇਂ ਗਏ, ਜਿੰਨਾ ਕੁ ਚਿਰ ਚੱਲਦੇ ਆ ਉਨਾ ਕੁ ਚਿਰ ਗਾਈ ਜਾਊਂਗਾ, ਨਹੀਂ ਤਾਂ ਚੈਨਲ ਬੰਦ ਕਰਕੇ ਕਿਸੇ ਹੋਰ ਕੰਮ ਕੰਨੀ ਹੋ ਜਾਵਾਂਗੇ। ਧੰਨਵਾਦ।